ਬਲਜਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਯਾਰ ਮਕਸਦ ਤਾਂ ਜੀ ਇਹ ਕਹਿਣਾ ਚਾਹੁੰਦੇ ਆ ਵੀ ਜੋ ਅੱਜ ਕੱਲ੍ਹ ਸਰਕਾਰ ਗਰੀਬਾਂ ਨੂੰ ਧੱਕਾ ਕਰ ਰਹੀ ਹੈ ਇਹ ਬਹੁਤ ਮਾੜੀ ਗੱਲ ਹੈ ਪੰਜਾਬ ਸਰਕਾਰ ਨੂੰ ਗਰੀਬਾਂ ਦੀ ਸਹਾਇਤਾ ਕਰਨੀ ਚਾਹੀਦੀ ਕਿ ਬਲਕਿ ਇਹਨਾਂ ਨੂੰ ਘਰੋਂ ਬੇਘਰ ਕਰਨਾ ਅਤੇ ਜ਼ਮੀਨਾਂ ਖੋ ਰਹੀ ਹੈ ਗਰੀਬਾਂ ਦੀਆਂ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਗਰੀਬਾਂ ਦਾ ਫਾਇਦਾ ਹੋਣਾ ਚਾਹੀਦਾ ਵੱਡੇ ਸ਼ਾਹੂਕਾਰ ਜਿਹੜੇ ਨੇ ਉਹ ਮੱਲਾ ਮਾਰੀ ਫਿਰਦੇ ਨੇ ਗਰੀਬ ਬੰਦੇ ਜਿਹੜੇ ਨੇ ਦਿਹਾੜੀ ਕਰ ਰਹੇ ਨੇ ਹੁਣ ਕੋ ਪਤਾ ਨਹੀਂ ਕਿੱਲਾ ਕਿੱਲਾ ਹੈ ਵੀ ਕਿ ਨਹੀਂ ਅਤੇ ਕਿਸੇ ਕੋਲ 2 ਮਰਲੇ ਕਿਸੇ ਕੋਲ 3 ਮਰਲੇ ਘਰਾਂ 'ਚ ਜਗ੍ਹਾ ਆਈ ਹੈ ਉਹ ਵੀ ਸਰਕਾਰ ਕਹਿੰਦੀ ਅਸੀਂ ਢਵਾਉਣੇ ਨੇ ਅਸੀਂ ਤਾਂ ਭਗਵੰਤ ਮਾਨ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਗਰੀਬਾਂ ਦੀ ਮਦਦ ਕਰੋ ਗਰੀਬਾਂ ਦੇ ਘਰ ਬਣੇ ਰਹਿਣ ਉਹਨਾਂ ਦੇ ਸਿਰ ਤੋਂ ਛੱਤ ਨਾ ਖੋਵੋ ਅਸੀਂ ਤਾਂ ਪਬਲਿਕ ਨੇ ਤੁਹਾਨੂੰ ਬਹੁਤ ਉਮੀਦ ਨਾਲ ਵੋਟਾਂ ਪਾਈਆਂ ਸੀ ਵੀ ਬਦਲਾਅ ਕਰਨਗੇ ਪਰ ਇਹ ਨਹੀਂ ਸਮਝਿਆ ਵੀ ਬਦਲਾਅ ਇਹ ਕਰਨਗੇ ਕਿ ਸਾਨੂੰ ਸੜਕਾਂ 'ਤੇ ਲਿਆ ਦੇਵੋਗੇ ਅਤੇ ਅਸੀਂ ਤਾਂ ਫਿਰ ਦੁਬਾਰਾ ਇਹੀ ਬੇਨਤੀ ਕਰਾਂਗੇ ਭਗਵੰਤ ਮਾਨ ਨੂੰ ਅਤੇ ਜਗਤਾਰ ਸਿੰਘ ਨੂੰ ਵੀ ਪਬਲਿਕ ਦੀ ਆ ਕੇ ਸੁਣੋ ਪਬਲਿਕ ਨੂੰ ਤੁਸੀਂ ਕਿੱਥੇ ਭੇਜੋਗੇ ਇਸ ਬਾਰੇ ਸਾਨੂੰ ਪਬਲਿਕ ਵਿੱਚ ਆ ਕੇ ਸਾਨੂੰ ਜਵਾਬ ਦਿਓ ਹਾਂਜੀ ਮਾਤਾ ਜੀ ਕੀ ਨਾਮ ਜੀ ਮਹਿੰਦਰ ਕੌਰ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਤੁਹਾਡੇ ਘਰ ਨੋਟਿਸ ਆਏ ਤੁਹਾਨੂੰ ਕਹਿਣਾ ਕੀ ਚਾਹੁੰਦੇ ਹਾਂ ਜਦੋਂ ਪਾਕਿਸਤਾਨ ਤੋਂ ਆਏ ਹਾਂ ਉੱਜੜ ਪੁੱਜੜ ਕੇ ਉੱਧਰੋਂ ਆਏ ਹਾਂ ਅਤੇ ਇੱਥੇ ਆ ਕੇ ਬੈਠੇ ਹਾਂ ਤੂੰ ਸਿਰ ਮਾੜੇ ਮੋਟੇ ਕੱਜੇ ਨੇ ਅਤੇ ਹੁਣ ਫਿਰ ਢਾਣ ਲੱਗ ਪਏ ਨੇ ਹੈਂ ਸਿੜੀਆਂ 'ਚ ਤਾਂ ਸਾਡੀ ਹੁਣ ਲੱਤਾਂ ਵੀ ਹੋ ਗਈਆਂ ਨੇ ਸਰਕਾਰ ਨੂੰ ਕੀ ਤੁਸੀਂ ਕਹਿਣਾ ਕੀ ਸਰਕਾਰ ਨੂੰ ਕਹਿਣਾ ਸਰਕਾਰ ਤਾਂ ਗੰਦੀ ਹੈ ਵੋਟਾਂ ਲੈਣ ਵਾਸਤੇ ਗੰਦੀ ਹੈ ਰੱਜ ਕੇ ਗੰਦੀ ਹੈ ਇਹ ਜਨਾਨੀਆਂ ਨੂੰ ਤੁਹਾਨੂੰ 10,000 ਰੁਪਈਆ ਦੇ ਦਿਆਂਗੇ ਉੱਥੇ ਫੋਟੋ ਕਰਾਓ ਹੈਂ ਕੀ ਇਹਨਾਂ ਨੇ ਦੇਣਾ ਸਾਡੇ ਕੋਠੇ ਹੀ ਢਾਣ ਦੇ ਨੇ ਸਾਨੂੰ ਪਾ ਦੇਣ ਉੱਥੇ ਜੋ ਲੱਗੀਆਂ ਤੇ ਲੰਘੀਆਂ ਫਿਰ ਕੀ ਕਰਨਾ ਹੋਰ ਅਸੀਂ ਨਾਲੇ ਸਾਨੂੰ ਦੇਣ ਰੋਟੀ ਦਵਾਈ ਅਤੇ ਸਾਡੇ ਕੋਲ ਪੈਸਾ ਕੋਈ ਨਹੀਂ ਸਰਕਾਰ ਨੇ ਵੀ ਗੱਲ ਕਿਹਾ ਪਿੰਡ ਅਸੀਂ ਹਸਪਤਾਲ ਬਣਾਵਾਂਗੇ ਮੈਡੀਕਲ ਬਣਾਵਾਂਗੇ ਕੀ ਬਣਾਉਣਾ ਉਹਨਾਂ ਨੇ ਸਿਰ ਸੋਹ ਬਣਾਉਣੀ ਹੈ ਵੋਟਾਂ ਲੈਣੀਆਂ ਸੀ ਝਾੜੂ ਵਾਲੇ ਨੇ ਮੇਰੇ ਸਿਰ ਦੇ ਵਿੱਚ ਮਾਰੋ ਝਾੜੂ ਠੀਕ ਹੈ ਸਿਰ 'ਚ ਝਾੜੂ ਮਾਰੋ ਉਹ ਸ਼ਰਮ ਚਾਹੀਦੀ ਹੈ ਅਜੇ 2 ਮਹੀਨੇ ਹੋਏ ਨੇ ਤੈਨੂੰ ਬਣੇ ਬਾਣੇ ਤੇ ਤੂੰ ਲੋਕਾਂ ਨੂੰ ਪਟਾਕਾ ਵੀ ਲਾ ਦਿੱਤਾ ਏ ਪਿੱਟਣ ਵਾਲਾ ਬਲਵਿੰਦਰ ਸਿੰਘ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਅੱਜ ਤੋਂ ਤਕਰੀਬਨ 65 ਸਾਲ ਹੋ ਗਏ ਨੇ ਅਤੇ ਮਾਨ ਸਾਹਿਬ ਨੂੰ ਇਹ ਬੇਨਤੀ ਹੈ ਖਾਸ ਕਰਕੇ ਤੂੰ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਤੂੰ ਪੂਰਾ ਨਹੀਂ ਕਰ ਰਿਹਾ ਅਤੇ ਲੋਕਾਂ ਉੱਤੇ ਜੋ ਝਾੜੂ ਨਾਲ ਜਿੱਤ ਕੇ ਲੋਕਾਂ 'ਤੇ ਝਾੜੂ ਲੱਗਾ ਫੇਰਨ ਇਹ ਤੂੰ ਬਾਜ਼ ਆ ਜਾ ਇੰਨੀ ਤਾਂ ਪੰਜਾਬ ਦਾ ਤੁਹਾਨੂੰ ਪਤਾ ਹੀ ਕੀ ਹਾਲਾਤ ਨੇ ਤੂੰ ਨਾ ਬੇਰ ਲੋਕਾਂ ਨੂੰ ਉਜਾੜ ਇਹ ਕੰਮ ਨਾ ਕਰ ਜੋ ਤੂੰ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕਰ ਲੈ ਤੂੰ ਘਰ 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 ਰੁਜ਼ਗਾਰ ਦੇਵਾਂਗੇ ਘਰ ਘਰ ਬੀਬੀ ਨੂੰ 1,000 ਰੁਪਇਆ ਦੇਵਾਂਗੇ ਨੌਕਰੀਆਂ ਦੇਵਾਂਗੇ ਸਾਡੇ ਬੱਚੇ ਨੌਜਵਾਨ ਬੱਚੇ ਬੇਘਰ ਫਿਰਦੇ ਪਏ ਨੇ ਸਾਰੇ ਕਿਸੇ ਨੌਕਰੀ ਨਹੀਂ ਘਰ ਭਰਤੀ 1,000 ਰੁਪਈਆ ਲੜਕੀਆਂ ਨੂੰ ਕਿਹਾ ਸੀ ਕਿਸੇ ਨੂੰ ਅਜੇ ਤੱਕ ਨਹੀਂ ਪਰ ਉਲਟ ਪਾਸੇ ਚੱਲ ਪਿਆ ਕਿਉਂਕਿ ਜਿਵੇਂ ਦਾਤੀ ਨੂੰ ਇੱਕ ਵਾਰ ਦਿੰਦੇ ਨੇ 2 ਪਾਸੇ ਹੋ ਗਏ ਨੇ ਇਹ ਬਾਜ ਆ ਜਾਵੇ ਜੋ ਗਰੀਬਾਂ ਕੋਲ ਜ਼ਮੀਨਾਂ ਨੇ ਅੱਜ ਤੋਂ 40 ਸਾਲ 50 ਸਾਲ 20 ਸਾਲ ਤੱਕ ਉਹਦਾ ਹੱਕ ਰਜਿਸਟਰੀ ਹੋ ਸਕਦੀ ਹੈ ਪਰ ਇਹ 50 ਸਾਲ ਤੱਕ ਵੀ ਜਿਹੜੀ ਜ਼ਮੀਨਾਂ ਨੇ ਉਹ ਵੀ ਖੋਣ ਲੱਗਾ ਹੋਇਆ ਇਹ ਕੰਮ ਤੋਂ ਬਾਜ ਆ ਜਾਵੇ ਅਸੀਂ ਸਾਡੀ ਤਾਂ ਇਹੀ ਮਾਨ ਸਾਹਿਬ ਨੂੰ ਬੇਨਤੀ ਹੈ ਕਿਉਂਕਿ ਜਿਵੇਂ ਲੋਕਾਂ ਨੇ ਤੈਨੂੰ ਸਾਥ ਦਿੱਤਾ ਹੈ ਉੱਦਾਂ ਹੀ ਤੂੰ ਗਰੀਬਾਂ ਦਾ ਸਾਥ ਦੇ ਅਸੀਂ ਫਿਰ ਆਉਂਦੇ ਸਮੇਂ ਵਿੱਚ ਫਿਰ ਤੇ ਜਿਵੇਂ ਕਹੇਗਾ ਉਵੇਂ ਕਰਾਂਗੇ ਪਰ ਗਰੀਬਾਂ ਦੀ ਹਾਂ ਨਾ ਨਹੀਂ ਕਿਉਂ ਹਾਂ ਗਰੀਬਾਂ ਦੀ ਮੌਤ ਮਾੜੀ ਹੈ ਇਸ ਕਰਕੇ ਇਹੀ ਬੇਨਤੀ ਹੈ ਮੇਰੀ ਮਾਨ ਸਾਹਿਬ ਤੁਹਾਨੂੰ ਵਾਰ ਵਾਰ ਇਹੀ ਬੇਨਤੀ ਹੈ ਪਿੰਡਾਂ ਪਿੰਡਾਂ ਵਿੱਚ ਤੁਸੀਂ ਆਪ ਆਪਣੇ MLA ਭੇਜੋ ਆ ਕੇ ਪਿੰਡਾਂ ਦੇ ਹਾਲਾਤ ਦੇਖੋ ਕੀ ਹੋ ਰਿਹਾ ਪਿੰਡਾਂ ਵਿੱਚ ਲੋਕ ਬੇਰੁਜ਼ਗਾਰ ਫਿਰੇ ਨੇ ਲੋਕਾਂ ਦੇ ਕਮਰੇ ਅੱਜ ਤੁਸੀਂ ਦੇਖੋ ਆ ਕੇ ਕਿੰਨਾ ਕਿੰਨਾ ਖਰਚਾ ਹੋ ਰਿਹਾ ਪਰ ਤੁਸੀਂ ਬੈਠੇ ਕੰਮ ਨਾ ਕਰੋ ਗਰੀਬਾਂ ਨਾਲ ਤੰਗ ਕਰੋ ਨਹੀਂ ਤਾਂ ਸਾਡੇ ਕੋਲ ਤਾਂ ਸਿੱਧਾ ਰਸਤਾ ਹੈ ਅੱਜ ਤਾਂ ਪਿੰਡਾਂ ਪਿੰਡੋਂ ਤੁਰ ਪੈਣਾ ਜਿੱਥੇ ਵੀ ਕਹੋਗੇ ਬੇਸ਼ੱਕ ਘਰ ਢਵਾ ਦਿਓ ਮਰ ਮਰਿਆ ਕਰਨਾ ਉਹ ਵੀ ਕਰ ਲਓ ਸਾਨੂੰ ਕੋਈ ਡਰ ਨਹੀਂ ਤੁਸੀਂ ਜੇ 2 ਮਹੀਨੇ ਹੋ ਗਏ ਨੇ 6 ਮਹੀਨੇ ਰਾਜ ਕਰਨਾ ਕਰ ਲਓ ਜੀ ਤੁਹਾਡਾ ਵੀ ਬਾਈਕਾਟ ਹੈ ਕਿਉਂ ਸਾਡੇ ਸਾਰੇ ਪੰਜਾਬ ਵੱਲੋਂ ਬਾਈਕਾਟ ਹੈ ਹੁਣ ਪਹਿਲਾਂ ਅਕਾਲੀ ਸਰਕਾਰ ਆਈ ਕਾਂਗਰਸ ਸਰਕਾਰ ਆਈ ਕਿਸੇ ਨੇ ਕੰਮ ਨਹੀਂ ਕੀਤਾ ਕਿਸੇ ਨੇ ਮਕਾਨਾਂ ਦਾ ਕੋਈ ਜ਼ਮੀਨ ਦਾ ਕੋਈ ਰੌਲਾ ਨਹੀਂ ਪਾਇਆ ਪਰ ਅੱਜ ਮਾਨ ਸਾਹਿਬ ਤੂੰ ਇਹ ਕੰਮ ਕਰਕੇ ਵਾਅਦੇ ਕਰਕੇ ਸੀਟਾਂ ਲੈ ਕੇ ਤੇਰਾ ਦਿਮਾਗ ਦੇ ਵਿੱਚ ਜਿਹੜਾ ਕੀੜਾ ਉਹਨੂੰ ਕੱਢ ਦੇ
ਤਾਂ ਕਿ ਪਬਲਿਕ ਤੇਰੇ ਨਾਲ ਹੋ ਜਾਏ। ਪਰ ਇੰਨਾ ਕੋਈ ਮਾਨ ਸਾਹਿਬ ਤੈਨੂੰ ਦੁਬਾਰਾ ਫਿਰ ਬੇਨਤੀ ਹੈ, ਤੈਨੂੰ ਵਾਰ ਵਾਰ ਨਹੀਂ ਕਹਿਣਾ, ਤੂੰ ਸਿਰਫ ਇਹੀ ਗਰੀਬਾਂ ਦੀ ਜਿਹੜੀ ਹਾਂ ਇਹ ਨਾ ਲਈ, ਕਿਉਂਕਿ ਇੱਥੇ ਬੜੇ ਬੜੇ ਰਾਜੇ ਮਹਾਰਾਜੇ ਵੀ ਆਏ ਨੇ, ਅਕਬਰ ਵਰ ਵੀ ਆਏ ਨੇ, ਪਰ ਜਿਨ੍ਹਾਂ ਨੇ ਇੱਥੇ ਨਹੀਂ ਕੋਈ ਰਿਹਾ ਕੋਈ ਨਹੀਂ। ਪਰ ਤੂੰ ਗਰੀਬਾਂ ਦੇ ਹੱਕ ਦੇ ਵਿੱਚ ਇੱਕ ਵਾਰੀ ਆ ਕੇ ਖੜ ਜਾ, ਤੇਰੇ ਮਗਰ ਫਿਰ ਤੁਰਿਆਂਗੇ, ਜਿਵੇਂ ਕਹਿੰਗੇ ਉੱਥੇ ਤੇਰੇ ਮਗਰ ਅਸੀਂ। ਪਰ ਇਹ ਤੂੰ ਗਰੀਬਾਂ ਦੇ ਮਗਰ ਇਹ ਨਾਮ ਲੈ ਕੇ ਉਰ ਝਾੜੂ ਸਾਡੇ 'ਤੇ, ਜਿਹੜਾ ਝਾੜੂ ਤੂੰ ਜੇ ਸਾਡੇ 'ਤੇ ਝਾੜੂ ਨਾ ਫੇਰਦੇ, ਕਿਉਂਕਿ ਜਿਹੜਾ ਝਾੜੂ ਹੈ ਤੇਰੇ ਕੋਲ ਸਿੱਖਾਂ ਦਾ ਹੀ, ਉਹ ਤੇਰੇ ਕੋਲ ਸਿੱਖਾਂ ਦਾ, ਸਾਡੇ ਕੋਲ ਲੋਹੇ ਦਾ ਝਾੜੂ ਲੱਗਾ, ਫਿਰ ਬਾਜ ਆ ਜਾ ਲੋਹੇ ਦਾ ਝਾੜੂ ਤੇਰੇ 'ਤੇ ਫਿਰ ਜਾਣਾ। ਤੂੰ ਪਬਲਿਕ ਨੂੰ ਦਾਨ ਤਾਂ ਕਰ, ਸਾਡੀ ਤਾਂ ਇਹੀ ਬੇਨਤੀ ਹੈ, ਅਸੀਂ ਪਿੰਡਾਂ ਦੇ ਪਿੰਡ ਇਕੱਠ ਹੈ ਸਾਡਾ, ਜਿੱਥੇ ਕਹੇਗਾ ਅਸੀਂ ਉੱਥੇ ਜਾਣ ਨੂੰ ਤਿਆਰ ਹਾਂ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ, ਕੀ ਨਾਮ ਜੀ? ਮੇਰਾ ਨਾਮ ਦਰਸ਼ਨ ਸਿੰਘ ਹੈ ਜੀ। ਹਾਂਜੀ ਸਰ, ਜਿਹੜੀ ਆ ਤੁਹਾਡੇ ਪਿੰਡ ਕਿੰਨੇ ਘਰਾਂ ਦੀ ਜ਼ਮੀਨ ਖੋਹੀ ਜਾ ਰਹੀ ਆ? ਇਹ ਸਾਡੇ ਘਰ 24 ਘਰ ਨੇ ਜੀ, 24 ਘਰਾਂ ਦੇ ਵਿੱਚ ਇਹ ਲੈਣ ਦੇ ਪੂਰੇ 'ਤੇ ਇਹਨਾਂ ਨੇ ਓਬਜੈਕਸ਼ਨ ਲਾਇਆ, ਸਾਨੂੰ ਨੋਟਿਸ ਆਇਆ। ਬਾਕੀ 22 ਘਰਾਂ ਦੀ ਰਜਿਸਟਰੀਆਂ ਨੇ, ਬਾਕੀ 450 ਘਰ ਜਿਹੜਾ ਉਹ ਪੰਚਾਇਤ 'ਚ ਹੀ ਬੈਠਾ। ਅਤੇ ਅਸੀਂ 47 ਦੇ ਇੱਥੇ ਆ ਕੇ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਜਾਇਦਾਦ ਦਿੱਤੀ ਹੈ, ਅਸੀਂ ਉਹਨਾਂ ਦੀ ਥਾਂ 'ਤੇ ਬੈਠੇ ਹਾਂ। ਨਵੇਂ ਨਹੀਂ ਅਸੀਂ ਬਣਾਏ, 3 ਪੀੜ੍ਹੀਆਂ ਹੋ ਗਈਆਂ ਨੇ ਸਾਨੂੰ ਇੱਥੇ ਬੈਠਿਆਂ ਨੂੰ। ਆਹ ਦਰਖਤ ਦੇਖ ਲਓ, 50-50 ਸਾਲ ਦੇ ਦਰਖਤ ਲੱਗੇ ਨੇ ਇਸ ਰੋਡ ਦੇ ਵਿੱਚ। ਅਸੀਂ ਇਹ ਕਹਿੰਦੇ ਹਾਂ ਕਿ ਜੋ ਹੈ ਇਨਸਾਫ ਕੀਤਾ ਜਾਵੇ, ਸਾਡੇ ਕੋਲ ਪੈਸੇ ਲਏ ਜਾਣ, ਜਿੰਨੀ ਜਿੰਨੀ ਜਗ੍ਹਾ ਆਉਂਦੀ ਹੈ ਉਹਦੇ ਮੁਤਾਬਕ ਅਸੀਂ ਪੈਸੇ ਦੇ ਦਿੰਦੇ ਹਾਂ। ਗਰੀਬ ਨੇ 2 ਵਾਰੀ ਕਰਕੇ, 3 ਵਾਰੀ ਕਰਕੇ ਅਸੀਂ ਪੈਸੇ ਦੇ ਦਿਆਂਗੇ, ਸਾਨੂੰ ਰਜਿਸਟਰੀ ਕਰਕੇ ਦੇਣ। ਕੀ ਨੋਟਿਸ ਵਿੱਚ ਕੀ ਲਿਖਿਆ ਗਿਆ ਜਿਹੜਾ ਕੀ ਅਸੀਂ ਨੋਟਿਸ ਵਿੱਚ ਲਿਖਿਆ ਗਿਆ ਕਿ ਅਸੀਂ ਤੁਹਾਡੇ ਘਰ 13 ਤਰੀਕ ਨੂੰ ਆਏ ਸੀਗੇ ਤੁਹਾਡੇ ਵਾਸਤੇ ਨੋਟਿਸ ਸਾਨੂੰ, ਪਰ ਅਸੀਂ ਉਹਨਾਂ ਕੋਲ ਜਾ ਕੇ ਫਿਰ ਉਹਨਾਂ ਨੂੰ ਬੇਨਤੀ ਕੀਤੀ ਹੈ, ਬਈ ਸਾਡੇ ਵੱਲ ਦੇਖੋ, ਅਸੀਂ ਗਰੀਬ ਬੰਦੇ ਹਾਂ, ਇਹ ਸਾਡੇ ਨਾਲ ਜਾਸਤੀ ਨਾਲ ਕੀਤੀ ਜਾਵੇ, ਬਹੁਤ ਬਹੁਤ ਮਿਹਰਬਾਨੀ। ਕੀ ਨਾਮ ਹੈ ਜੀ? ਸਾਰੀ ਉਮਰ ਲੰਘ ਚੱਲੀ ਹੈ ਮਾਣਿਆਂ ਦੇ ਵਿੱਚ, ਇੰਨੇ ਚਿਰ ਦੇ ਅਸੀਂ ਬੈਠੇ ਹਾਂ, ਤਾਂ ਹੁਣ ਜੇ ਅਸੀਂ ਵੋਟਾਂ ਪਾਈਆਂ ਤਾਂ ਸਾਡੀ ਜਗ੍ਹਾ 'ਤੇ, ਇੱਕ ਵਾਰ ਲੱਗਾ ਵੀ ਪੈਲੀ ਹੋਵੇ ਤਾਂ ਫਿਰ 'ਚ ਬੰਦਾ ਖਿਡਾਉਂਦਾ ਵੀ ਚੰਗਾ ਲੱਗਦਾ। ਠੀਕ ਹੈ, ਤੁਸੀਂ 2-2 4-4 ਮਰਲਿਆਂ ਤੋਂ ਬਾਅਦ ਹੈ ਹੀ ਨਹੀਂ ਕਿਸੇ ਕੋਲ ਵੀ, ਇਹ ਕੰਮ ਗਲਤ ਅਤੇ ਚੰਗਾ ਕੰਮ ਨਹੀਂ ਹੈਗਾ। ਇਸ ਵਾਸਤੇ ਕਾਨੂੰਨੀ ਕਾਰਵਾਈ ਤਾਂ ਜਿਹੜੀ ਪੈਲੀਆਂ ਤਾਂ ਹੋ ਸਕਦੀ ਪਰ ਘਰਾਂ 'ਤੇ ਤਾਂ ਨਹੀਂ ਹੋ ਸਕਦੀ। ਕਦੋਂ 'ਤੇ ਬਣਾਇਆ ਇਹਨੂੰ ਬਈ, ਲੋਕਾਂ ਨੇ ਘੱਟ ਹੋਏ। ਕੀ ਮੰਗ ਕਰਦੇ ਸਰਕਾਰ ਤੁਸੀਂ? ਅਸੀਂ ਮੰਗ ਕਰਨੇ, ਅਸੀਂ ਇਹੀ ਮੰਗ ਕਰਨੇ ਵੀ ਸਾਡੇ ਘਰ ਬੱਚੇ ਰਹਿਣ ਦੇਣ, ਜੇ ਸਾਡੇ ਕੋਲ ਜਾਇਦਾਦ ਜਿਹੜੀ ਮਾਲਕੀ ਅਸੀਂ ਕਿਸੇ ਦੀ ਜਾਇਦਾਦ ਵੰਨੇ ਖਾਂਦੇ, ਉਹ ਸਾਡੇ ਕੋਲ ਬੇਸ਼ੱਕ ਵਸੂਲ ਲੈਣ, ਕਮਰੇ ਸਾਡੇ ਬਣੇ ਨੇ, ਕੋਈ ਜਾਇਦਾਦ ਨਹੀਂ, ਕੋਈ ਕੁਛ ਨਹੀਂ, ਲੈਣ ਨਹੀਂ ਦੇਣ ਨਹੀਂ। ਗਰੀਬ ਘਰ ਆ, ਦਿਹਾੜੀ ਕਰਨੀ ਆ ਤੇ ਖਾਂਦੇ ਆ, ਠੀਕ ਹੈ, ਪਰ ਇਹ ਗਲਤ ਕੰਮ ਕਰ ਰਿਹਾ, ਚੰਗਾ ਕੰਮ ਨਹੀਂ ਕਰ ਰਿਹਾ। ਬਾਬਾ ਜੀ ਕੀ ਨਾਮ? ਰਾਮ ਸਿੰਘ। ਜਿਹੜਾ ਤੁਹਾਡੇ ਪਿੰਡ ਆ ਘੱਟ ਹੋਣ ਨੂੰ ਨੋਟਿਸ ਆਈ ਗਈ ਆ, ਹਾਂਜੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਕਹਿਣਾ ਚਾਹੀਦੀ, 400 ਘਰ ਹੈ ਸਾਡੇ ਪਿੰਡ ਦਾ, ਸਾਰੇ ਬੈਠੇ ਨੇ, ਕਿਸੇ ਕੋਲ 5 ਮਰਲੇ, ਕਿਸੇ ਕੋਲ 10 ਮਰਲੇ ਜਗ੍ਹਾ ਹੈ, ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਬੇਸ਼ੱਕ ਲੈ ਲੈਣ, ਅਤੇ ਜਿਹੜੇ ਘਰ 'ਤੇ ਨਾ ਬਿਠਾਉਣ ਸਾਨੂੰ, ਅਸੀਂ ਨਿਕਲ ਨਿਕਲ ਬਾਲ ਬੱਚਾ ਪਾਲਣ ਡੇ, ਅਸੀਂ ਕਮਾਈ ਕਰਦੇ ਪਏ, ਧੱਕੇ ਖਾ ਕੇ ਅਤੇ ਕੰਮ ਕਰਨ ਲੱਗੇ, ਸਾਡੇ ਮਕਾਨ ਢਾਤੇ, ਅਸੀਂ ਕਿੱਥੋਂ ਬਣਾ ਲਾਂਗੇ? 430 ਰੁਪਏ ਥੈਲਾ, 7000 ਨੂੰ ਇੱਟ ਹੋ ਗਈ ਹੈ, ਅਸੀਂ ਕਿੱਥੋਂ ਦਿਆਂਗੇ ਪੈਸੇ? 600 ਰੁਪਈਆ ਤਾਂ ਮਜ਼ਦੂਰ ਮੰਗ ਰਿਹਾ ਮਿਸਤਰੀ, ਅਤੇ 500 ਰੁਪਈਆ ਲਿਆ ਮਜ਼ਦੂਰ ਵਿਚਾਰਾ, ਅਤੇ ਅਸੀਂ ਕਿੱਥੋਂ ਦਿਆਂਗੇ, ਤਾਂ ਕਿੱਥੋਂ ਬਣਾਵਾਂਗੇ? ਅਸੀਂ ਅੱਜ ਢਹਿ ਗਏ ਮਕਾਨ, ਅਤੇ ਅਸੀਂ ਬਣਾ ਹੀ ਨਹੀਂ ਸਕਦੇ। ਸਰਕਾਰ ਨੇ ਇੰਨੇ ਵਾਅਦੇ ਕੀਤੇ, ਹੁਣ ਤੱਕ ਕੀ ਤੁਹਾਨੂੰ ਵਾਅਦੇ ਲੱਗੇ ਕੁਛ ਪੂਰੇ ਕਰੂਗੇ? ਵਾਅਦੇ ਤਾਂ ਉਹਨੇ ਇਹ ਕਿਹਾ ਸੀ ਵੀ ਅਸੀਂ ਕਿਸੇ ਨੂੰ ਕੁਛ ਨਹੀਂ, ਅਸੀਂ ਕਹਿੰਦੇ ਤੁਹਾਡੇ ਜੋ ਵੀ ਕਹੋਗੇ ਅਸੀਂ ਤੁਹਾਡੀ ਮਦਦ ਕਰਾਂਗੇ ਗਰੀਬਾਂ ਦੀ, ਸਾਡੀ ਮਦਦ ਕਾਹਦੀ ਕਰਨ ਲੱਗਾ, ਸਾਡੇ ਤਾਂ ਝਾੜੂ ਹੀ ਫੇਰ ਦੇਣ ਲੱਗਾ। ਹਾਂਜੀ ਸਰ, ਜਿਹੜਾ ਮਾਣਿਆਲ ਕੀ ਮਾਮਲਾ ਜੀ? ਦੇਖੋ, ਮਾਣਿਆਲ ਇਕੱਲੇ ਦਾ ਨਹੀਂ ਹੈ ਮਸਲਾ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ। ਇਹ ਜਿਹੜੇ ਕਬਜ਼ਾ ਵਾਰੰਟ ਜਾਰੀ ਹੋਏ ਨੇ, ਦਖਲ ਵਾਰੰਟ ਜਿਹੜੇ ਜਾਰੀ ਹੋਏ ਆ, ਇਹ ਕਾਫੀ ਸਾਰੇ ਪਿੰਡਾਂ ਦੇ ਹੈਗੇ ਆ ਦਖਲ ਵਾਰੰਟ, ਜਿਹਦੇ 'ਚ ਇੱਕ ਮਾਣੇਵਾਲ ਪਿੰਡ ਵੀ ਆ। ਮਾਣੇਵਾਲ ਪਿੰਡ ਹਾਲੇ ਅਸੀਂ ਜਾਣਾ ਹੈ, ਕਿਉਂਕਿ ਡਿਪਾਰਟਮੈਂਟ ਤੋਂ ਕੁਛ ਜ਼ਰੂਰੀ ਕਾਗਜ਼ੀ ਕਾਰਵਾਈ ਜਿਹੜੀ ਕਰਨੀ ਸੀ ਉਹ ਅਸੀਂ ਲਗਭਗ ਕਰ ਲਈ ਆ। ਹੁਣ ਮਾਲ ਮਹਿਕਮਾ ਜਿਹੜਾ ਹੈ ਸਾਡੇ ਨਾਲ ਜਾਊਗਾ, ਮਾਲ ਮਹਿਕਮਾ ਸਾਨੂੰ ਇਹ ਦੱਸੂਗਾ ਤਸਦੀਕ ਕਰਕੇ ਕਿ ਕਿੰਨੀ ਜ਼ਮੀਨ ਜਿਹੜੀ ਹੈਗੀ ਆ ਉਹਦੇ 'ਚ ਲੋਕਾਂ ਨੇ ਮਕਾਨ ਬਣਾਏ ਆ, ਅਤੇ ਕਿੰਨੀ ਜ਼ਮੀਨ ਦੇ ਵਿੱਚ ਜਿਹੜੀ ਹੈਗੀ ਆ ਖਾਲੀ ਆ, ਲੋਕ ਖੇਤੀ ਕਰਦੇ ਆ, ਅਤੇ ਇਸ ਤੋਂ ਬਾਅਦ ਹੀ ਅਸੀਂ ਮਤਲਬ ਕੋਈ ਕਮੈਂਟ ਕਰ ਪਾਵਾਂਗੇ ਕਿ ਜਿਹੜੀ ਛੱਤੀ ਹੋਈ ਜ਼ਮੀਨ ਆ ਉਹਦੇ 'ਤੇ ਅਗਲੀ ਜਿਹੜੀ ਕਾਰਵਾਈ ਜਿਹੜੀ ਆ ਉਹ ਡਿਪਾਰਟਮੈਂਟ ਵੱਲੋਂ ਕੀ ਕੀਤੀ ਜਾਵੇਗੀ। ਕਿੰਨੇ ਲੋਕਾਂ ਨੂੰ ਨੋਟਿਸ ਭੇਜਿਆ ਗਿਆ? ਇਹ ਜਿਹੜਾ ਦਖਲ ਵਾਰੰਟ ਹੈ DDPO ਸਾਹਿਬ ਵੱਲੋਂ ਜਾਰੀ ਹੋਇਆ, ਜਿਹਦੇ 'ਚ ਲਗਭਗ 24 ਦੇ ਕਰੀਬ ਬੰਦੇ ਹੈਗੇ ਆ ਜਿਨ੍ਹਾਂ ਨੇ ਕੋਈ ਨਜਾਇਜ਼ ਕਬਜ਼ਾ ਕੀਤਾ ਹੋਇਆ।
बाकी जिवें मैं पहले तुहानूं दस्सिया कि माल महकमा सानूं तसदीक करके दसूगा कि वह रकबा किन्ना जिथे मकान बने ने ते बाकी रकबा किन्ना जिथे कोई खेती हो रही है। कुछ घर ढाण दे भी कह रहे सी पिंड वासी उहदे बारे की कहिंदे? नहीं, घर ढाण दा हाले कोई इदां दा है नहीं प्रोसैस। सिर्फ असी खाली जमीन जिहड़ी हैगी आ पहलां उह असी अपने कब्जे 'च लै रहे हां। जो असी वह कब्जे लै लाँगे उस तो बाद असी अपने डिपार्टमेंट में सूचित कर देवे कि किन्नी जमीन दे विच लोगों ने घर बनाए हुए हैं। जिस तरह भी सरकार फिर अगली पॉलिसी लेके आऊगी उस हिसाब नाल उहदी अगली कार्रवाई होगी। हुण तक किन्नी कु जमीन कब्जे विच तुसीं लै चुके हो? हुण तक असी काफ़ी पिंडां दे विच जमीन जिहड़ी आ उह छुड़वाई है, जिहदे विच सेंसोवाल पिंड है, टप्परियां पिंड भी है ते होर भी इस तरह काफ़ी पिंडां दे विच असी जिहड़ी जमीन छुड़वाई आ। बाकी ये प्रोसैस लगातार जारी है। 31 तरीक तक साड़ी कोशिश है भी जिन्हें भी कब्जा दखल वरंट जिहड़े हैगे आ डिपार्टमेंट वल्लों जारी होए आ एक एक करके असी सारे वो जिहड़े दखल पावांगे।